ਅੱਜ ਅਸੀਂ ਕਰਦੇ ਹਾਂ ਜਮਾਤ 7 ਪਾਠ 5ਵਾਂ ਨੀਕੇ ਨੀਤੀ ਦਾ ਫਲ ਭਾਗ 2 ਮਾਣੇ ਅੱਗੇ ਹੋ ਕੇ ਬਾਬੇ ਦੇ ਪੈਰ ਛੂਹੇ ਬਾਬੇ ਨੇ ਦੋਹਾਂ ਮਾਪੁੱਤਰਾਂ ਨੂੰ ਗਾਲ ਨਾਲ ਲਾ ਲਿਆ ਤੇ ਕਿਹਾ ਅੱਜ ਤੋਂ ਤੂੰ ਮੇਰੀ ਧੀ ਹੈ ਤੇ ਇਹ ਮੇਰਾ ਪੁੱਤਰ ਅੱਜ ਤੋਂ ਤੁਸੀਂ ਕੋਈ ਕੰਮ ਨਹੀਂ ਕਰੋਗੇ ਇਸ ਦੀ ਪੜ੍ਹਾਈ ਤੇ ਜਿੰਨਾ ਵੀ ਖਰਚ ਆਵੇਗਾ ਮੈਂ ਕਰਾਂਗਾ ਕਿਰਪਾ ਕਰਕੇ ਨਾ ਨਾ ਕਰਿਓ ਇਹ ਹਸਪਤਾਲ ਦਾ ਜਿੰਨਾ ਵੀ ਖਰਚ ਹੋਵੇਗਾ ਮੈਂ ਹੀ ਦੇਵਾਂਗਾ ਬਾਬਾ ਜੀ ਤੁਹਾਡਾ ਇਹ احਸਾਨ ਮੈਂ ਜ਼ਿੰਦਗੀ ਭਰ ਨਹੀਂ ਭੁਲਾਂਗਾ ਪਰੰਤੂ ਮੈਨੂੰ ਵੀ ਆਪਣੀ ਸੇਵਾ ਵਿੱਚ ਲਗਾਈ ਰੱਖਣਾ ਮੈਂ ਤੁਹਾਡੀ ਸੇਵਾ ਕਰਨਾ ਆਪਣਾ ਧਰਮ ਸਮਝਾਂਗਾ ਉਹ ਮੁੰਡਾ ਬੋਲਿਆ ਜਿੰਨੀ ਦੇਰ ਉਹ ਮੁੰਡਾ ਠੀਕ ਨਾ ਹੋਇਆ ਬਾਬਾ ਉਸ ਕੋਲ ਹਸਪਤਾਲ ਵਿਛ ਹੀ ਰਿਹਾ ਉਸਨੇ ਹਸਪਤਾਲ ਦਾ ਸਾਰਾ ਖਰਚ ਆਪਣੇ ਕੋਲੋਂ ਦਿੱਤਾ ਹਸਪਤਾਲੋਂ ਜਦੋਂ ਛੁੱਟੀ ਹੋਈ ਤਾਂ ਬਾਬੇ ਨੇ ਉਹਨਾਂ ਮਾਪੁੱਤਰਾਂ ਨੂੰ ਆਪਣੇ ਨਾਲ ਪਿੰਡ ਚੱਲਣ ਲਈ ਕਿਹਾ ਜਦੋਂ ਮਾਂ ਨੇ ਚੱਲਣ ਵਿੱਚ ਥੋੜੀ ਅਨਾਕਾਨੀ ਜਿਹੀ ਕੀਤੀ ਤਾਂ ਬਾਬਾ ਬੋਲਿਆ ਤੀ ਇਹ ਮੈਂ ਤੈਨੂੰ ਆਪਣੀ ਧੀ ਕਿਹਾ ਹੈ ਇਸ ਲਈ ਤੂੰ ਅੱਜ ਤੋਂ ਮੇਰੀ ਧੀ ਹੀ ਹੈ ਮੇਰੇ ਘਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਪਤਨੀ ਹੀ ਹੈ ਜੋ ਮੇਰੇ ਵਾਂਗ ਕਾਫੀ ਬਜ਼ੁਰਗ ਹੈ ਜੇ ਤੁਸੀਂ ਮੇਰੇ ਨਾਲ ਚਲੋਗੇ ਤਾਂ ਸਾਨੂੰ ਵੀ ਸਹਾਰਾ ਮਿਲ ਜਾਵੇਗਾ ਬਾਕੀ ਰੁਪਏ ਪੈਸੇ ਦੀ ਮੇਰੇ ਕੋਲ ਕਮੀ ਨਹੀਂ ਹੈ ਮੇਰੀ ਇੱਛਾ ਹੈ ਕਿ ਮੈਂ ਤੇਰੇ ਮੁੰਡੇ ਨੂੰ ਪੜ੍ਹ ਲਿਖਾ ਕੇ ਕੁਝ ਬਣਾਵਾ ਆਗੋਂ ਤੁਹਾਡੀ ਇੱਛਾ ਹੈ ਬਾਬੇ ਦੀ ਗੱਲ ਦੋਹਾ ਮਾਪੁੱਤਰਾ ਨੇ ਮੰਨ ਨੇ ਮੰਨ ਨੂੰ ਤਾਂ ਲੱਗ ਗਈ ਸੀ ਪਰੰਤੂ ਉਹ ਕਿਸੇ ਦੇ ਬੋਝ ਨਹੀਂ ਸਨ ਬੰਨਣਾ ਚਾਹੁੰਦੇ ਉਹ ਆਪਣੇ ਸਵੈ ਭਿਮਾਨ ਨੂੰ ਠੇਸ ਨਹੀਂ ਨਹੀਂ ਪਹੁੰਚਾਉਣਾ ਚਾਹੁੰਦੇ ਜਦੋਂ ਮੁੰਡੇ ਦੀ ਮਾਂ ਥੋੜਾ ਬੋਲਣ ਲੱਗੀ ਤਾਂ ਬਾਬਾ ਪਹਿਲਾਂ ਹੀ ਬੋਲ ਪਿਆ ਪੁੱਤਰੋ ਮੈਨੂੰ ਪਤਾ ਹੈ ਤੁਸੀਂ ਸੋਚ ਰਹੇ ਹੋ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਹੈ ਤੁਹਾਡੇ ਤੁਸੀਂ ਸਾਡੇ ਤੇ ਕਿਸੇ ਕਿਸਮ ਦਾ ਬੋਝ ਨਹੀਂ ਹੋਵੋਗੇ ਬਲਕਿ ਮੈਂ ਆਪਣੀ ਸੇਵਾ ਦਾ ਬੋਝ ਤੁਹਾਡੇ ਤੇ ਲਾਦ ਰਿਹਾ ਹਾਂ ਇਸ ਤੋਂ ਜ਼ਿਆਦਾ ਨਾ ਸੋਚੋ ਆਪਣਾ ਸਮਾਨ ਬੰਨੋ ਤੇ ਮੇਰੇ ਨਾਲ ਘਰ ਨੂੰ ਚੱਲੋ ਬਾਬੇ ਦਾ ਪਿਆਰ ਅਤੇ ਆਪਣਾ ਤਪ ਪ੍ਰਯਾਸ ਸੁਣ ਕੇ ਦੋਵੇਂ ਮਾਪੁੱਤਰਾਂ ਬਾਬੇ ਦੇ ਪੈਰੀਂ ਪੈ ਗਏ ਬਾਬੇ ਨੇ ਦੋਹਾਂ ਨੂੰ ਗੱਲ ਨਾਲ ਲਾਇਆ ਤੇ ਕਿਹਾ ਤੇ ਦੋਵਾਂ ਨੂੰ ਪਿੰਡ ਲੈ ਕੇ ਆ ਗਿਆ ਉਸ ਨੇ ਆਪਣੇ ਆਂਗ-ਗਵਾਂਡ ਵਿੱਚ ਹੀ ਉਹਨਾਂ ਉਹਨਾਂ ਨੂੰ ਆਪਣੀ ਧੀ ਪੁੱਤਰ ਦੇ ਰੂਪ ਵਿੱਚ ਹੀ ਜਨੂ ਕਰਵਾਇਆ ਬਾਬਾ ਬਜੇਤਰ ਸਿੰਘ ਦੋਵਾਂ ਮਾਪ ਪੁੱਤਰਾਂ ਨੂੰ ਪਾ ਕੇ ਬੇहद ਖੁਸ਼ ਸੀ ਮਾਪ ਪੁੱਤ ਨੇ ਵੀ ਉਹਨਾਂ ਨੂੰ ਆਪਣੇ ਮਾਪੇ ਵਜੋਂ ਅਪਣਾ ਲਿਆ ਮਾਂ ਦੀ ਬਣ ਕੇ ਦਿਨ ਰਾਤ ਦੋਵੇਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਪੁੱਤਰ ਜਿਸ ਦਾ ਨਾਂ ਬਾਬੇ ਦੇ ਆਰਮਾਨ ਰੱਖਿਆ ਸੀ ਖੂਬ ਪੜ੍ਹਾਈ ਲਿਖਾਈ ਕਰ ਰਿਹਾ ਸੀ ਬਾਬਾ ਵੀ ਚਾਹੁੰਦਾ ਸੀ ਕਿ ਉਹ ਖੂਬ ਪੜ੍ਹਾਈ ਕਰ ਲਿਖ ਜਾਵੇ ਤੇ ਉਸ ਦੀ ਜ਼ਮੀਨ ਜਾਇਦਾਦ ਦਾ ਪੂਰਾ ਪੂਰਾ ਧਿਆਨ ਰੱਖੇ ਅਰਮਾਨ ਦੀ ਨੇਕੀ ਨੀਤੀ ਨੂੰ ਦੇਖਦਿਆਂ ਬਾਬੇ ਨੇ ਇੱਕ ਦਿਨ ਆਪਣੀ ਸਾਰੀ ਜਾਇਦਾਦ ਉਸ ਦੇ ਨਾਮ ਲਗਵਾ ਦਿੱਤੀ ਭਾਵੇਂ ਅਝਿਹਾ ਕਰਨ ਤੋਂ ਅਰਮਾਨ ਨੇ ਬਥੇਰਾ ਰੋਕਿਆ ਪਰ ਬਾਬਾ ਨਹੀਂ ਸੀ ਟਲਿਆ ਅਰਮਾਨ ਨੇ ਵੀ ਪੜ ਲੈ ਕੇ ਬਾਬੇ ਦੇ ਸਾਰੇ ਕਾਰੋਬਾਰ ਨੂੰ ਸੰਭਾਲ ਲਿਆ ਬਾਬਾ ਵੀ ਉਸ ਦੇ ਕੰਮ ਤੋਂ ਬਹੁਤ ਖੁਸ਼ ਸੀ ਅਰਮਾਨ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਸੀ ਦਿੰਦਾ ਕੁਝ ਦਿਨਾਂ ਤੋਂ ਬਚਿੱਤਰ ਸਿੰਘ ਬਿਮਾਰ ਰਹਿਣ ਲੱਗਾ ਲੱਗ ਪਿਆ ਰਮਾਨ ਦੀ ਉਸਦੀ ਮਾਂ ਨੇ ਉਸਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ ਪਰੰਤੂ ਇੱਕ ਦਿਨ ਉਹ ਮਾਂ ਪੁੱਤਰ ਨੂੰ ਰੋਂਦੇ ਕਰ ਲਾਉਂਦੇ ਛੱਡ ਕੇ ਰੱਬ ਨੂੰ ਪਿਆਰਾ ਹੋ ਗਿਆ। ਪਤਨੀ ਵੀ ਪਤੀ ਦੇ ਵਿਸ਼ੋਰੇ ਨੂੰ ਨਾ ਜਾਂਦੀ ਹੋਈ ਕੁਝ ਕਮੀ ਹਿੰਨੇ ਮਗਰੋਂ ਖੁਦ ਵੀ ਚੱਲ ਵੱਸ ਸੀ। ਅੱਜ ਰਮਾਨ ਪਿੰਡ ਵਿੱਚ ਇੱਕ ਵੱਡਾ ਜ਼ਿੰਮੇਵਾਰ ਅਖਵਾਉਂਦਾ ਹੈ ਪਿੰਡ ਵਾਲਿਓ ਉਸਦੀ ਪੂਰੀ ਇੱਜ਼ਤ ਕਰਦੇ ਹਨ। ਇਹ ਸਭ ਉਸਦੀ ਨੇਕੀ ਨੀਤੀ ਦਾ ਹੀ ਫਲ ਹੈ। ਹਾਂਜੀ ਬੱਚੇ ਇਸ ਚੈਪਟਰ ਦੇ ਵਿੱਚ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਜੇਕਰ ਸਾਡੀ ਨੀਅਤ ਅੱਛੀ ਹੋਵੇ ਤੇ ਅਸੀਂ ਵਧੀਆ ਸਾਡੇ ਵਿੱਚ ਗੋਣ ਹੋਣ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਕਾਮਯਾਬ ਆਓ ਹੋ ਸਕਦੀਆਂ